ਨਾਗਰਿਕ ਆਮ ਡੋਗਰਾ ਜੰਮੂ ਸੂਬੇ ਦਾ ਜਿਹੜਾ ਉਹਦੇ ਨਾਲ ਉਹਦੇ ਨਾਲ ਕੰਧਾ ਪਰ ਕੰਧਾ ਨਾਲ ਮਿਲਾਈ ਬਸਾਈ ਚੜਿਆ ਕੋਈ ਗੱਲ ਨਹੀਂ ਔਰ ਉਹਦੀ ਜਿਹੜੀ ਡਿਮਾਂਡ ਹੈ ਬੜੀ ਜਾਇਜ਼ ਡਿਮਾਂਡ ਹੈ ਨੋ ਰੋਡ ਨੋ ਟੋਲ ਦੱਸੋ ਮੈਂ ਜਿੱਲੇ ਤੁਹਾਡੇ ਕੋਲ ਰੋਡ ਹੀ ਨਹੀਂ ਹੈ ਤੇ ਟੋਲ ਕਿਸ ਨਾਲ ਲੈ ਕਰਦੇ ਟੋਲ ਦੇਣ ਵਾਲਾ ਕੌਣ ਹੈ ਟੋਲ ਦੇਣ ਵਾਲੇ ਸਿਰਫ ਡੋਗਰੇ ਨਹੀਂ ਹਨ ਇਹ ਡੋਗਰੇ ਆਪਣੇ ਵਾਸਤੇ ਆਵਾਜ਼ ਨਹੀਂ ਚੁੱਕੇ ਕਰਦੇ ਸਿਰਫ ਟੋਲ ਦੇਣ ਵਾਲੇ ਬਾਹਰੋਂ ਜਿਹੜੇ ਅਮਰਨਾਥ ਯਾਤਰੀ ਨੇ ਜਿਹੜੇ ਮਾਤਾ ਵੈਸ਼ਨੋ ਦੇਵੀ ਦੇ ਵਿੱਚ ਦਰਸ਼ਨ ਕਰਨੇ ਆਏ ਕਰਦੇ ਨੇ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਟੂਰਿਜ਼ਮ ਦੇ ਵਾਸਤੇ ਆਏ ਕਰਦੇ ਨੇ ਉਹ ਸਾਰੇ ਟੋਲ ਦੇ ਕਰਦੇ ਨੇ ਸਾਂਬੇ ਜ਼ਿਲ੍ਹੇ ਦੇ ਲੋਕਾਂ ਵਾਸਤੇ ਟੋਲ ਮਾਫ ਹੈ ਫਿਰ ਸਾਂਬੇ ਜ਼ਿਲ੍ਹੇ ਲੋਕ ਕਿਉਂ ਉੱਥੇ ਕਰੇ ਕਰਦੇ ਪ੍ਰਦਰਸ਼ਨ ਕਰਦੇ ਕਿਉਂ ਕਿਉਂਕਿ ਯੂਟੀ ਐਡਮਿਨਿਸਟ੍ਰੇਸ਼ਨ ਕੀ ਦੱਸਣਾ ਚਾਹੁੰਦੇ ਨੇ ਇਹ ਅਸੀਂ ਆਪਣੇ ਵਾਸਤੇ ਲੜਾਈ ਨਹੀਂ ਖੜਾ ਕਰਦੇ ਇਹ ਮਤ ਸੋਚੋ ਕਿ ਡੋਗਰਾ ਇੱਥੇ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਕੋਈ ਜਾਂ ਆਪਣੇ ਵੋਟ ਬੈਂਕ ਦੀ ਰਾਜਨੀਤੀ ਕਰੇ ਕਰਦਾ ਡੋਗਰਾ ਇਸ ਦਰਦ ਦੇ ਵਿੱਚ ਹੈ ਕਿ ਡੋਗਰੇ ਰਾਜ ਦੇ ਵਿੱਚ ਆਈਏ ਜੇ ਸਾਡੇ ਇਲਾਕੇ ਦੇ ਵਿੱਚ ਆਈਏ ਬਾਹਰੋਂ ਪੂਰੇ ਹਿੰਦੁਸਤਾਨ ਦੇ ਲੋਕ ਪੂਰੇ ਹਿੰਦੁਸਤਾਨ ਦੇ ਸ਼ਰਧਾਲੂ ਜਿਸ ਵੇਲੇ ਇਸ ਯੂਟੀ ਦੇ ਵਿੱਚ ਐਂਟਰ ਕਰਦੇ ਨੇ ਉਹਨਾਂ ਦੀ ਕੋਈ ਰੋਡ ਨਹੀਂ ਕੋਈ ਸੁਵਿਧਾ ਨਹੀਂ ਕੋਈ ਮਜ਼ਾ ਨਹੀਂ ਉਹਨਾਂ ਕੀ ਇੱਥੇ ਸਫ਼ਰ ਕਰਨ ਦਾ ਉਹਨਾਂ ਕੀ ਪਿੰਡੋ ਪਿੰਡੋ ਵਾੜੀ ਉਹਨਾਂ ਕੀ ਆਖਦੇ ਵੀ ਤੁਹਾਨੂੰ ਨਿਕਲੋ ਆਈ ਵੀ ਉਹਨਾਂ ਕੀ ਮੈਂ ਯਾਨੀ ਕਰਾਈ ਕਰਾਈ ਦੇ ਕਰਦੇ ਟੋਏ ਪੇਰੇ ਖੱਟੇ ਪੇਰੇ ਉਹਦੀ ਗੱਡੀਆਂ ਨੂੰ ਫੜ ਲੈ ਦੋ ਘੰਟਾ ਸਫ਼ਰ 4.5 ਘੰਟੇ ਦੇ ਵਿੱਚ ਹੋਏ ਕਰਦਾ ਉਹਦੇ ਕੋਲ ਕਿਸ ਗੱਲ ਦਾ ਤੁਸੀਂ ਟੋਲ ਲਾਇ ਕਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਇਆ ਕਰਦੀ ਅਗਰ ਯੁਵਾ ਰਾਜਪੂਤ ਸਭਾ ਦੇ ਲੋਕਾਂ ਨੇ ਇੱਕ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ ਸਾਈਡ ਉੱਪਰ ਬੈਠੇ ਔਰ ਉਹਦੀ ਡਿਮਾਂਡ ਉਹਦਾ ਰੋਸ ਸਿਰਫ ਇੱਕੋ ਹੀ ਆ ਕਿ ਟੋਲ ਨਹੀਂ ਦੇਣਾ ਤਾਂ ਦੱਸੋ ਕਿਹੜੀ ਗੱਲ ਕਰਦੇ ਕਿ ਪੰਜਾਬ ਚ ਅੱਜ ਅੱਜ ਮੈਂ ਫੀਲ ਕਰ ਰਿਹਾ ਇਹ ਦੀ ਦਿਖੇ ਕਰਦੇ ਇਹ ਜੰਮੂ ਦੇ ਤਕਰੀਬਨ ਸਿਵਲ ਸੁਸਾਇਟੀ ਦੇ ਹਰ ਇੱਕ ਲੋਕ ਅੱਜ ਸੜਕਾਂ ਉੱਪਰ ਉਤਰੇ ਜੰਮੂ ਦੇ ਵਿੱਚ ਹਾਈ ਕੋਰਟ ਬਾਰ ਐਸੋਸੀਏਸ਼ਨ ਸੜਕਾਂ ਉੱਪਰ ਹੈ ਕਠੂਆ ਦੇ ਵਕੀਲ ਸਾਰੇ ਇਕੱਠਿਆਂ ਦੀ ਅੱਜ ਜੇਲ੍ਹ ਦੇ ਵਿੱਚ ਇੱਥੇ ਘਰਾ ਵੀ ਮੈਂ ਦਿਖੇ ਕਰਨਾ ਸਿਵਲ ਸੁਸਾਇਟੀ ਦੇ ਹੋਰ ਵੀ ਲੋਕ ਆ ਰਹੇ ਨੇ ਇਹ ਨਿੱਕੀ ਨਿੱਕੀ ਚਿੰਗਾਰੀਆਂ ਇੱਕ ਚਿੰਗਾਰੀ ਨਾਲ ਕੁਛ ਨਹੀਂ ਹੋਣਾ ਇਹੋ ਜਿਹੀਆਂ ਕਈ ਚਿੰਗਾਰੀਆਂ ਇਕੱਠੀਆਂ ਮਿਲੀਆਂ ਇੱਕ ਮਸ਼ਾਲ ਦਾ ਰੂਪ ਲੈਣਾ ਆਉਣ ਵਾਲਾ ਟਾਈਮ ਜੰਮੂ ਕਸ਼ਮੀਰ ਯੂਟੀ ਦੀ ਐਡਮਿਨਿਸਟ੍ਰੇਸ਼ਨ ਵਾਸਤੇ ਬੜਾ ਮਾੜਾ ਹੋਣੇ ਨੇ ਜੰਮੂ ਕਸ਼ਮੀਰ ਯੂਟੀ ਦੀ ਐਡਮਿਨਿਸਟ੍ਰੇਸ਼ਨ ਕੀ ਅੱਜ ਇੱਕ ਸੰਦੇਸ਼ ਪੂਰੇ ਜੰਮੂ ਦੇ ਡੋਗਰੇ ਤੋਂ जम्मू सूबे से एक राजपूत नेता पीएमओ में देखिए आप सब जानते हैं कि दो चार पांच दिनों से जो मसला चल रहा है रोड टोल पोस्ट का वही को लेकर आज हमारे जो साथी हैं उनको लेकर कल रात को 11:30 बजे रातों रात सांबा जेल से शिफ्ट कर कठुआ जेल में लाया गया इनको तो हमारा एक दायित्व बनता है हमारा एक फर्ज बनता है कि हम कठुआ के रहने वाले हैं हमारे लिए पूरे समाज के लिए पूरे भारतवर्ष के लिए ये जो लड़ाई लड़ रहे हैं टोल पोस्ट की नेशनल हाईवे अथॉरिटी ऑफ इंडिया ने जो भी कर रहे हैं बिल्कुल गलत कर रहे हैं 60 किलोमीटर के अंदर टोल नहीं होना चाहिए ये तो 60 किलोमीटर के अंदर टोल है तो मैं आपके माध्यम से एलजी साहब को सरकार को एक रिक्वेस्ट करना चाहता हूँ एक आपके थ्रू मैसेज देना चाहता हूँ कि सर हमारे साथियों को जल्दी से जल्दी रिहा किया जाए अगर हमारे साथी रिहा नहीं होंगे हम इसी तरह किस बुरी जो है वो हमारा कठुआ में छता रहेगा जब तक इनके मुकदमे जो कैंसिल नहीं होंगे जो भी इनपे FIR लगी है जो भी पे पर्चा लगा है जो भी इनपे धारा लगी है उनको कैंसिल किया जाए और इनको जल्दी से जल्दी रिहा किया जाए अगर इनको रिहा नहीं किया तो आने वाले दिनों में जो भी प्रदर्शन होगा दोबारा सभा के बाद होगा और जो भी प्रदर्शन होगा बिल्कुल पीसफुली प्रदर्शन होगा पीसफुली प्रदर्शन होगा।
इस वक्त मैं तुसें इत्थे सुना सारे जिन्ने भी युवा राजपूत सभा दे सदस्य कन्ने उंदे कन्ने कन्ने जिन्ने भी सपोर्टर है ओ सारे इत्थे डीसी दफ्तर वखी जाया करदे